ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਨੇ ਸਭ ਦੇ? ਅਤੇ ਅੱਜ 8 ਜੂਨ ਆ, ਅਤੇ ਸੰਦੀਪ ਕੇ ਘਰ ਆਈ ਸੀ ਮੈਂ। ਅਤੇ ਇਹ ਪਤਾ ਕਿਉਂ ਆਈ ਸੀ ਕਿ ਉਹ ਸਾਹਮਣੇ ਨਾ ਤਮਨ ਦੀ ਮੰਮੀ ਜਿਹੜੀ ਨਾ ਫਰੈਂਡ ਆ ਸਾਡੀ, ਅਤੇ ਉਹ ਕਹਿਣ ਡੀ ਕਿੰਨੇ ਦਿਨਾਂ ਦੀ ਨਾਰਾਜ਼ ਸੀ ਕਿ ਸਾਡੇ ਘਰ ਨਹੀਂ ਆਏ, ਸਾਡੇ ਘਰ ਨਹੀਂ ਆਏ। ਮੈਂ ਕਿਹਾ ਚੱਲ ਅੱਜ ਉੱਦਾਂ ਲਾਂਭਾ ਲਾਉਂਦੇ ਹਾਂ ਅਤੇ ਚੱਲਦੇ ਹਾਂ ਫਿਰ ਇਹਨਾਂ ਦੇ ਗੁਆਂਢੀਆਂ ਦੇ ਘਰ ਚੱਲੀਏ। ਤੂੰ ਹੀ ਦੱਸ ਦੇ ਕੀ ਕਹਿੰਦੀ ਸੀ ਦੀਦੀ? ਮੈਂ ਅੱਜ ਚਲੀ ਜਾਂਦੇ ਹਾਂ। ਆਹੋ ਕਹਿੰਦੀ ਸੀ ਨਾ ਕਿ ਸਾਡੇ ਨਾਲ ਨਾਰਾਜ਼ ਹੋਣ ਡੇ ਸੀ ਅਤੇ ਅਸੀਂ ਉਹਨਾਂ ਦੇ ਘਰ ਆਏ ਹਾਂ। ਆਏ ਤਮਨ ਅਤੇ ਤਮਨ ਦੀ ਮੰਮੀ। ਇੱਧਰ ਆਂਟੀ ਕੰਬਲ ਲਏ ਨਾ, ਏਸੀ ਚਲਾ ਕੇ ਉੱਤੇ ਕੰਬਲ ਲਏ ਆ। ਨਜ਼ਰ ਲੱਗ ਗਈ, ਨਜ਼ਰ ਲੱਗ ਗਈ, ਨਜ਼ਰ ਲੱਗ ਗਈ, ਨਜ਼ਰ ਲੱਗ ਗਈ। ਜਗ੍ਹਾ ਵੇਖਣ ਡਈ ਕਿ ਹੈ ਨੀ ਵਿੱਚ, ਹਨਾ ਰੱਖਤੀ ਡਾਂਸ ਕਰ ਦੋ, ਤਮਨ ਡਾਂਸ ਕਰ ਦੋ। ਇਹ ਕੌਣ ਆ? ਇਹ ਕੌਣ ਆ? ਤਮਨ ਆ, ਤਮਨ ਆ ਕੀ ਆ? ਨਹੀਂ ਵੇਂਦੀ, ਪਹਿਲਾਂ ਡੈਡੀ ਦੀ ਫੋਟੋ ਵੇਖ ਕੇ ਹੱਥ ਜੋੜਨ ਡੀ ਬਾਬਾ। ਇਹ ਕੌਣ ਆ? ਮਾਮੂ। ਮਾਮੂ ਮੈਨੂੰ ਵੀ ਪਛਾਣਦੀ ਆ, ਮੇਰੇ ਨਾਲ ਗੱਲ ਕਰਤੀ ਨੀ ਆ। ਹੈ ਸਿਮਰ ਦੀ ਫੋਟੋ ਦਿਖਾ ਵਾਲਾ ਘਰ ਪਹੁੰਚ ਗਈਆਂ ਵਾ, ਦੋਵਾਂ ਭੈਣਾਂ ਆ ਗਈਆਂ ਅੱਜ ਘਰ। ਅੱਜ ਘਰ ਉੱਧਰੋਂ ਘੜੀ ਬਹਿ ਕੇ ਅਸੀਂ ਗਈਆਂ ਹਾਂ 1:30 ਵਜੇ, 4 ਵਜੇ ਘਰ ਆਈਆਂ, 2:30 ਵਜੇ ਗਈਆਂ, 4 ਵਜੇ ਘਰ ਆਈਆਂ, ਗੱਲਾਂ ਬਾਤਾਂ ਕਰ ਆਏ। ਚੱਲ ਇਹ ਆ ਗਏ ਹੁਣ ਮੈਨੂੰ ਲੈਣ, ਅਤੇ ਹੁਣ ਮੈਂ ਚੱਲੀ ਘਰ, ਬਣੇਗੀ ਕੰਮ ਤੋਂ ਆਏ ਨਾ ਤਾਂ ਕਰਕੇ। ਚੱਲੀਏ ਫਿਰ ਘਰ,
ਹੈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਨੇ ਸਭ ਦੇ। ਅਤੇ ਅੱਜ ਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਅਤੇ ਅਸੀਂ ਚੱਲੇ ਹਾਂ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ। ਅਤੇ ਇੱਧਰ ਸੰਦੀਪ ਸੂਰੀ ਪ੍ਰੈਸ ਕਰਨ ਡੀ ਆ, ਚੱਲਦੇ ਹਾਂ ਫਿਰ ਬਾਬਾ ਜੀ ਦੇ ਮੱਥਾ ਟੇਕਣ ਗੁਰਦੁਆਰਾ ਸਾਹਿਬ। ਸੰਦੀਪ, 2 ਵਜੇ ਕਿ 2:30? 2:30 ਦਾ ਟਾਈਮ ਹੋ ਗਿਆ। ਚੱਲ ਅਸੀਂ ਆ ਗਏ ਸੀ ਗੁਰਦੁਆਰਾ ਸਾਹਿਬ ਤੋਂ, 2:30 ਵਜੇ ਗਈਆਂ ਹਾਂ, 4 ਵਜੇ ਘਰੇ ਆ ਗਈਆਂ ਹਾਂ ਅਸੀਂ, ਹੈ ਨਾ। ਅਤੇ ਬੜਾ ਵਧੀਆ ਲੱਗਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ, ਦਰਸ਼ਨ ਕਰਕੇ ਬਹੁਤ ਵਧੀਆ ਲੱਗਾ। ਦੁੱਖ ਨਿਵਾਰਨ ਸਾਹਿਬ ਗਏ ਹਾਂ ਅਸੀਂ, ਅਤੇ ਹੁਣ ਸੰਦੀਪ ਘਰੇ ਆ ਕੇ, ਹਾਂ ਸੌਂਗੀ ਸੀ ਮੈਂ ਘਰੇ ਆ ਕੇ, ਅਤੇ ਫਿਰ ਇਹਨੇ ਚਾਹ ਬਣਾਈ, ਫਿਰ ਉੱਠੀ ਹਾਂ, ਅਤੇ ਹੁਣ ਇਹ ਕਹਿਣ ਵੀ ਲਸਣ ਛਿਲਦੇ, ਕਿਉਂਕਿ ਇਹਦੇ ਹੱਥਾਂ 'ਤੇ ਇਨਫੈਕਸ਼ਨ ਜੀ ਪਤਾ ਨਹੀਂ ਕੀ ਲੱਗਦਾ ਵਾ, ਪਿਆਜ਼ ਅਤੇ ਲਸਣ। ਤੂੰ ਦਿਖਾਉਣਾ ਸੀ ਸੰਦੀਪ ਡਾਕਟਰ ਨੂੰ, ਇਹ ਗਰਮੀਆਂ 'ਚ ਇੱਦਾਂ ਹੀ ਹੁੰਦਾ, ਐਲਰਜੀ ਐਲਰਜੀ ਹੁੰਦੀ ਨਾ। ਮੇਰੇ ਹਿਸਾਬ ਨਾਲ ਗਰਮ ਪਾਣੀ ਨਾ, ਤੁਹਾਡੇ ਟੂਟੀ 'ਚੋਂ ਗਰਮ ਪਾਣੀ ਆਉਂਦਾ ਜਿਹੜਾ, ਨਹੀਂ ਹੈ ਪਤਾ ਨਹੀਂ, ਹਾਂ ਲੱਗਦੇ ਆ ਇਹਨਾਂ ਦਾ, ਉਹ ਪਿਆਜ਼ ਅਤੇ ਲਸਣ ਲੱਗਦਾ। ਹੋ ਸਕਦਾ ਤੂੰ ਐਲਰਜੀ ਹੋਏ। ਰਾਤੀ ਕੀਤੇ ਕੋਈ ਕੁਛ ਲਵਾਇਆ ਸੀ ਪਿਆਜ਼, ਉਹਨੇ ਕੱਟ ਕੇ ਦਿੱਤਾ। ਹੋਰ ਹੋਰ ਕੀ, ਰੋਟੀ ਪਾਣੀ ਦੀ ਟਾਈਮ ਨਾਲ ਹੀ ਆਪਾਂ ਬਣਾ ਬਣੂ ਲੈਂਦੇ ਹਾਂ ਬਾਅਦ 'ਚ। ਚਲੋ ਨਾਲੇ ਮੈਂ ਉੱਧਰ ਚੜ ਜਾਣਾ ਨਾ, ਅਤੇ ਇਹਦਾ ਇਰਾਦਾ ਕਿ ਮੈਂ ਚਲਾ ਕੇ ਰੱਖ ਲਾਂ ਲਸਣ ਅਤੇ ਪਿਆਜ਼, ਇਹਨੇ ਰਾਜਮਾਂਹ ਬਣਾਉਣੇ ਸੀ ਅੱਜ ਮੇਰੀ ਸਬਜ਼ੀ, ਅਤੇ ਇਹਨੇ ਥੱਲੇ ਹੀ ਗੱਦਾ ਉਡਾਇਆ ਹੈ ਅਤੇ ਬੈਠੀ ਹੈ। ਗੱਦੇ ਲਿਆਂਦੇ ਸੀ, ਇੱਦਾਂ ਮੈਨੂੰ ਲੱਗਦਾ ਕਿ ਇਹਦੇ ਮੈਂ ਸੁਪਨਾ ਆਇਆ ਹੁੰਦਾ, ਮੈਨੂੰ ਪਹਿਲਾਂ ਹੀ ਮੈਂ ਇੱਥੇ ਗੱਦਾ ਲਾ ਕੇ ਬੈਠੀ ਹਾਂ। ਇੱਦਾਂ ਹੁੰਦਾ ਕਈ ਵਾਰੀ, ਹੈ ਨਾ, ਇੱਦਾਂ ਮੈਨੂੰ ਹੁਣੇ ਫੀਲ ਹੋਇਆ। ਪਹਿਲਾਂ ਵੀ ਇਹ ਗੱਲ ਹੋ ਚੁੱਕੀ ਆ, ਐਵੇਂ ਹੁੰਦਾ ਹੈ ਤੁਹਾਡੇ ਨਾਲ, ਤੁਸੀਂ ਜ਼ਰੂਰ ਦੱਸਿਓ। ਮੇਰੇ ਨਾਲ ਵੀ ਬੜੀ ਵਾਰੀ ਹੋਇਆ ਇੱਦਾਂ, ਮੇਰੇ ਨਾਲ ਇੱਦਾਂ ਹੁਣੇ ਫੀਲ ਹੋਇਆ ਕਿ ਜਿਵੇਂ ਇੱਥੇ ਗੱਦਾ ਲੱਗਾ ਹੈ, ਅਤੇ ਮੈਂ ਕਿਹਾ ਵਾ ਕਿ ਇਹ ਲਿਆਂਦੇ ਆ ਇਹਨਾਂ ਨੇ ਇੱਦਾਂ ਇੱਦਾਂ, ਮੈਂ ਇੱਥੇ ਗੱਦਾ ਲਾ ਕੇ ਬੈਠੀ ਹਾਂ। ਵਧੀਆ ਵਾ ਥੱਲੇ, ਇੱਦਾਂ ਉਹ AC ਦੀ ਹਵਾ ਠਾਹ ਨੂੰ ਇੱਦਾਂ ਆਉਂਦੀ ਨਾ, ਅਤੇ ਚੱਲ ਥੱਲੇ ਵਧੀਆ ਨਾਲੇ। ਸਾਢੇ 6 ਵਜੇ ਦਾ ਟਾਈਮ ਹੋ ਗਿਆ, ਅਤੇ ਹੁਣ ਮੈਂ ਇੱਧਰ ਘਰ ਆ ਗਈ ਹਾਂ, ਕਿਉਂਕਿ ਸਿਮਰ ਆ ਗਈ ਹੈ, ਮੈਨੂੰ ਲੈ ਆਏ, ਮੈਂ ਆ ਗਈ। ਅਸੀਂ ਗੁਰਦੁਆਰਾ ਸਾਹਿਬ ਗਏ ਸੀ ਅੱਜ, ਅੱਜ 'ਚ ਪੁੱਟੀ ਪਾਈ ਆ, ਭਰੀ ਨਹੀਂ ਜਾਣੀ ਇੱਦਾਂ। ਬੱਲੇ ਆਸੇ ਪਾਸੇ, ਹੈਂ ਕੋਈ ਨਹੀਂ, ਗਿੱਲੇ ਕੱਪੜੇ ਨਾਲ ਹੋ ਜੂਗੀ ਸਾਫ, ਚਮਚ ਨਾ ਭਰ ਲੈਂਦੇ ਨਾ ਉੱਥੋਂ। ਪਾਣੀ ਚੱਲਦਾ ਛੱਡ ਆਏ ਹੋ,
ਸੱਚ ਉੱਥੇ ਡੋਲਣਾ ਬਾਥਰੂਮ 'ਚ, ਮਤਲਬ ਹਾਂ ਪਾਈਪ ਨਾ ਲਬੇੜੋ ਉੱਤੇ ਉੱਤੇ ਲਾਓ ਪਾਈਪ ਦੇ, ਕਿਉਂ ਲਿਆਉਣ ਡੇ ਇੱਥੇ ਇੱਦਾਂ ਖਲਾਰਾ ਪਾਇਆ ਥੱਲੇ ਵੀ ਪਿਆ ਚੁੱਕਣਾ ਪੈਣਾ, ਇੱਦਾਂ ਲਾਤਾ ਇਹਨਾਂ ਨੇ, ਠੀਕ ਹੀ ਆ ਪਰ ਲਪੇੜ ਦਿੱਤੇ ਪਾਈਪ ਨਹੀਂ ਹੈਗੀ, ਮੈਂ ਥੋੜ੍ਹਾ ਜਿਹਾ ਸੈੱਟ 'ਤੇ ਕੀਤਾ ਹੋਇਆ, ਬਾਕੀ ਉਹ ਜਿਹੜੇ ਮੈਂ ਨਾ ਸੁੱਕ ਗਏ ਅਤੇ ਦੋ ਦੋ ਝਾੜ ਲੂੰਗੀ, ਅਤੇ ਆਹ ਮੈਂ ਜਦੋਂ ਗਿੱਲੇ ਕੱਪੜੇ ਨਾਲ ਸਾਫ਼ ਕਰਨ ਲੱਗੀ ਹਾਂ, ਸਾਫ਼ ਹੋ ਹੀ ਜਾਣਾ ਹੈ, ਸਾਫ਼ ਹੋ ਗਿਆ ਉਹ ਰਹਿ ਗਿਆ ਬਸ। ਗਈ ਕੱਪੜੇ ਦੇ ਵੇਖ ਕਰ ਲੈਣੇ ਸੀ, ਸਾਡੀ ਭਾਬੀ ਆਈ ਆ, ਵੇਖੋ ਮੇਰਾ ਕਿੱਦਾਂ ਜਲੂਸ ਕੱਢਣ ਦੇ ਆ। ਸਤਿ ਸ਼੍ਰੀ ਅਕਾਲ ਬਾਬੂ ਜੀ। ਸਤਿ ਸ਼੍ਰੀ ਅਕਾਲ ਦੀਦੀ ਜੀ। ਤੇ ਵੱਡੀ ਨਾਨ ਜਿਹੜੀ ਆ ਰੋਟੀ ਬਣਾਉਣ ਡਈ ਆ, ਭਾਬੀ ਆਈ ਲੱਗਦੀ ਨੀ, ਭਾਬੀ ਆ ਸਹੇਲੀ ਲੱਗਦੀ ਆ। ਪਰੌਂਠੇ ਬਣ ਡੇ ਆ ਕੱਦੂ ਵਾਲੇ, ਕੀ ਹੈ ਗਾਇਸ, ਮੇਰੀ ਅੱਜ ਭਾਬੀ ਆਈ ਆ ਸਿੰਮੂ, ਇੱਧਰ ਸੰਦੀਪ, ਇਹ ਸੁਸਤੀ ਪਾਈ ਆ, ਪਰੌਂਠੇ ਖਾ ਲਏ ਆ, ਪਰੌਂਠੇ ਖਵਾ ਕੇ ਇਹਨੇ ਖਾਣਾ, ਸਿਰ ਫੜ ਕੇ ਬੈਠੀ ਬੋਲਣਾ, ਬਹੁਤ ਕਹਿੰਦੀ ਸਿਰ ਫੜ ਕੇ ਬੈਠੇ ਆ ਡਿਊਟੀ, ਸੰਗਦੀ ਆ ਬਹੁਤ, ਸੰਗਦੀ ਉਹ ਵੀ, ਹਾਂ ਸੰਗਦੀ ਪਤਾ ਕਿਦਾਂ ਵਾ, ਕੈਮਰੇ ਬੈਠੇ ਗੱਲਾਂ ਬਾਤਾਂ ਕਰਨ ਡੇ ਆ, ਹੌਲੀ ਕਿੰਨੀ ਹੌਲੀ ਬੋਲਣ, ਅੱਗੇ ਇੰਨਾ ਰੌਲਾ ਪਾਇਆ ਮੈਂ ਜਦੋਂ ਕੈਮਰਾ ਫੜ ਲੈਣਾ ਸ਼ਾਂਤ, ਚਲੋ ਫਿਰ ਆਪਾਂ ਗੱਲਾਂ ਬਾਤਾਂ ਕਰ ਲਈਏ, ਕੈਮਰਾ ਫੜਿਆ ਸ਼ਾਂਤ ਹੋ ਜਾਂਦੀਆਂ। ਨਹੀਂ ਘਰੋਂ ਆਏ ਹਾਂ ਅਤੇ ਸਿੰਮੂ ਦੇ ਇੱਥੇ ਮਾਮੇ ਹੋਣੀ ਆ ਅਤੇ ਉਹਨਾਂ ਕੋਲ ਚੱਲੇ ਹਾਂ, ਅਤੇ ਮੰਮੀ ਇਹਦੇ ਉੱਥੇ ਆ, ਰਾਤੀ ਆਏ ਸੀ ਇਹਨੂੰ ਛੱਡ ਗਏ ਸੀ, ਅੱਜ ਸ਼ਾਇਦ ਫਿਰ ਆ ਜਾਣ, ਹੁਣ ਇੱਥੇ ਚੱਲਦੇ ਹਾਂ ਫਿਰ, ਆਟੋ ਲੈਣ ਲੱਗੇ ਸਮਰਾਲਾ ਚੌਂਕ ਜਾਣ ਡੇ ਹਾਂ, ਇਮਲੀ ਵਾਲਾ ਗੋਲਾ ਮੇਰੇ ਵਾਸਤੇ ਲੈ ਕੇ ਆਏ ਤੇ ਆਪ ਖਾਣ ਡੈ ਪਿਆ, ਵਿੱਚੋਂ ਇਮਲੀ ਦਾ ਪਾਣੀ ਪੀ ਗਏ ਆ। ਭਾਬੀ ਸਾਡੀ ਤੇ ਚੱਲ ਗਈ ਅੱਜ, ਸਿੰਮੂ ਚੱਲ ਗਈ ਆ, ਸਿੰਮੂ ਆਈ ਸੀ ਤੇ ਉਹ ਚੱਲ ਗਏ ਅੱਜ ਦਾ 10-11 ਵਜੇ, ਇਹਦੇ ਨਾਲ ਭਾਵੇਂ ਬੁੱਲ ਲਾਲ ਜੇ ਹੋ ਜਾਣ, ਦੰਦਾਂ ਦੇ ਲੱਗ ਹੀ ਆ ਲੱਗਦਾ। ਇਮਲੀ ਵਾਲਾ ਗੋਲਾ ਲੁਧਿਆਣੇ ਉਹ ਮਿਲਦਾ ਵਾ ਤੇ ਮੇਰਾ ਫੇਵਰੇਟ ਹੁੰਦਾ ਸੀ ਪਹਿਲਾਂ, ਹੁਣ ਸੰਦੀਪ ਨੇ ਵੀ ਕਹਿਣਾ ਵੇਖ ਕੇ ਵੀਡੀਓ, ਸੰਦੀਪ ਦਾ ਦਿਲ ਕਰਨਾ, ਉਹ ਵੀ ਉਦਣ ਗਲੀ 'ਚੋਂ ਭਾਈ ਲੰਘਣ ਡੇ ਨਾ, ਗਾਂਹ ਲੰਘ ਗਿਆ ਸੀ ਸੱਚ ਇਹ ਵਾਲਾ, ਅਤੇ ਮੈਂ ਖਾਣ ਲੱਗੀ ਲੈ ਕੇ ਆਈ ਅਤੇ ਇਮਲੀ ਵਿੱਚੋਂ ਆਪ ਹੀ ਖਾ ਗਈ ਹੈ, ਚੱਲ ਕੋਈ ਗੱਲ ਨਹੀਂ। ਔਰ